वार्ड नंबर 33 के आजाद उम्मीदवार अब्दुल सत्तार मुसाफर ने अज अपना चोण मैनीफेस्टो जारी किया। इस मौके गलबात दौरान उन्होंने दसिया कि उन्होंने मैनीफेस्टो में बच्चों के लिए 100% सिक्ख्या, उन्होंने वजीफे लिए जानकारी देना, वजीफा अपलाई करवाना, बिना धर्म जात पात तो उपर उठ के हुण हर विद्यार्थी लिए सिविल सर्विस, मैडिकल इंजीनियर, एग्रीकल्चर, लॉ और होर सरकारी टेस्टों लिए गाइडेंस वगैरह मुफ्त दी जाएगी। जरूरतमंदा का नीला जां राशन कार्ड बनाया जाएगा और कार्ड ना बन तक उस परिवार को कणक मुफ्त दी जाएगी। उन्होंने होर कहा कि सारिया पेंशन, शगन स्कीम वगैरह, दवाइया जानिया जिहियां गल्लां मैनीफेस्टो दे विच शामिल ने। ਸਾਫਰ ਸਾਹਿਬ, ਅੱਜ ਤੁਸੀਂ ਜਿਹੜਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ, ਇਹਦੇ ਵਿੱਚ ਮੋਟੀਆਂ ਮੋਟੀਆਂ ਗੱਲਾਂ ਕੀ ਨੇ? ਇਹਦੇ ਵਿੱਚ 5 ਵਾਅਦੇ ਆ ਜੀ। ਸਭ ਤੋਂ ਪਹਿਲਾ ਵਾਅਦਾ ਇਹ ਹੈ ਕਿ ਅਗਰ ਮੈਂ ਜਿੱਤਦਾ ਤਾਂ ਵਾਰਡ ਨੰਬਰ 33 ਦੇ ਜਿੰਨੇ ਵੀ ਬੱਚੇ ਨੇ, ਜਿਹੜਾ ਕੋਈ ਨੀਡੀ ਬੱਚਾ ਜਿਹੜਾ ਕਿਸੇ ਵੀ ਪ੍ਰੋਬਲਮ ਕਰਕੇ ਨਹੀਂ ਪੜ੍ਹ ਸਕਦਾ, ਤਾਂ ਉਹਦਾ ਅਸੀਂ ਪੂਰਾ ਖਰਚਾ ਚੱਕਣ ਨੂੰ ਤਿਆਰ ਹਾਂ, ਯਾਨੀ ਬੂਟ, ਜਰਾਬਾਂ, ਕੋਟੀਆਂ, ਫੀਸ, ਸਾਰਾ ਕੁਝ। ਮੇਰਾ ਇਹ ਟੀਚਾ ਹੈ ਕਿ ਮੈਂ ਆਉਣ ਵਾਲੇ 2 ਜਾਂ 3 ਸਾਲਾਂ ਦੇ ਵਿੱਚ ਵਾਰਡ ਨੰਬਰ 33 ਇੱਕ ਐਸਾ ਵਾਰਡ ਹੋਊਗਾ ਜਿਹੜਾ ਪੂਰੇ ਸ਼ਹਿਰ ਦੇ ਵਿੱਚੋਂ ਪਹਿਲਾ ਵਾਰਡ ਹੋਊਗਾ ਇਨਸ਼ਾਅੱਲਾ, ਜਿਹਦੇ ਵਿੱਚੋਂ 100% ਬੱਚੇ ਪੜ੍ਹੇ ਲਿਖੇ ਹੋਣਗੇ। 14 ਸਾਲ ਤੋਂ ਨਿਚਲਾ ਕੋਈ ਵੀ ਬੱਚਾ ਅਨਪੜ੍ਹ ਨਹੀਂ ਛੱਡਣਾ, ਪਹਿਲਾ ਪੁਆਇੰਟ ਇਹ ਹੈ। ਦੂਜਾ ਪੁਆਇੰਟ ਇਹ ਹੈ ਵੀ ਕਿਸੇ ਦੇ ਵੀ ਕੋਈ ਸਟੇਟ ਲੈਵਲ ਦੇ ਜਾਂ ਨੈਸ਼ਨਲ ਲੈਵਲ ਦੇ ਬੱਚਿਆਂ ਦੇ ਵਜ਼ੀਫੇ ਨੇ, ਉਹ ਅਸੀਂ ਆਪਣਾ ਦਫ਼ਤਰ ਬਣਾ ਕੇ ਆਪ ਲੋਕ ਬੱਚਿਆਂ ਨੂੰ ਬੁਲਾ ਬੁਲਾ ਕੇ ਉਹਨਾਂ ਦੇ ਵਜ਼ੀਫੇ ਅਪਲਾਈ ਕਰਿਆ ਕਰਾਂਗੇ, ਉਹ ਲੈ ਕੇ ਦਿਆ ਕਰਾਂਗੇ। ਤੀਜਾ ਪੁਆਇੰਟ ਇਹਦੇ ਵਿੱਚ ਇਹ ਹੈ ਕਿ ਅਗਰ ਕਿਸੇ ਵੀ ਬੱਚੇ ਨੇ ਹਾਇਰ ਐਜੂਕੇਸ਼ਨ ਹਾਸਿਲ ਕਰਨੀ ਹੈ ਜਾਂ ਕੋਈ ਟੈਸਟ ਦੇਣਾ, ਜਿਵੇਂ IPS, IAS, PCS ਜਾਂ IRS, IFS ਕਰਨਾ, ਤਾਂ ਅਗਰ ਉਹਨਾਂ ਦੀ ਫੈਮਿਲੀ ਕਿਸੇ ਪ੍ਰੋਬਲਮ ਕਰਕੇ ਉਹਦੀ ਸਪੋਰਟ ਨਹੀਂ ਕਰ ਸਕਦੀ ਆ, ਉਸ ਬੱਚੇ ਨੂੰ ਕਿਤੋਂ ਸਾਧਨ ਨਹੀਂ ਮਿਲਦੇ, ਤਾਂ ਉਹਨਾਂ ਦਾ ਨੋਟਸਾਂ ਦਾ, ਉਹਨਾਂ ਦਾ ਗਾਈਡੈਂਸ ਕੈਂਪਾਂ ਦਾ, ਉਹਨਾਂ ਦੀਆਂ ਬੁੱਕਸ ਦਾ, ਸਾਰਾ ਕੁਝ ਅਸੀਂ ਕਰਨ ਨੂੰ ਤਿਆਰ ਹਾਂ। ਚੌਥਾ ਪੁਆਇੰਟ ਇਹਦੇ ਵਿੱਚ ਇਹ ਹੈ ਕਿ ਅਗਰ ਕਿਸੇ ਵੀ ਬੰਦੇ ਦੇ ਕਿਸੇ ਕਾਰਨ ਕਰਕੇ ਕੋਈ ਨੀਲਾ ਕਾਰਡ ਜਾਂ ਰਾਸ਼ਨ ਕਾਰਡ ਕੱਟ ਦਿੱਤਾ ਗਿਆ, ਜਦ ਤੱਕ ਉਸ ਕਾਰਨ ਨੂੰ ਅਸੀਂ ਬਣਾ ਕੇ ਨਹੀਂ ਦਿੰਦੇ, ਚਾਹੇ ਅਸੀਂ ਜਿਵੇਂ ਮਰਜ਼ੀ ਕਰੀਏ, ਲੜੀਏ, ਦਫ਼ਤਰਾਂ ਵਿੱਚ ਧੱਕੇ ਖਾਈਏ, ਜੋ ਮਰਜ਼ੀ ਕਰੀਏ, ਲੇਕਿਨ ਜਦ ਤੱਕ ਕਾਰਡ ਨਹੀਂ ਬਣਾ ਕਹਿੰਦੇ ਉਦੋਂ ਤੱਕ ਅਸੀਂ ਉਹਨਾਂ ਦਾ ਰਾਸ਼ਨ ਆਪਣੇ ਕੋਲ, ਉਹਨਾਂ ਦੀ ਕਣਕ ਆਪਣੇ ਕੋਲੋਂ ਦੇਵਾਂਗੇ। ਔਰ 5ਵਾਂ ਪੁਆਇੰਟ ਇਹ ਹੈ ਕਿ ਜਿੰਨੀਆਂ ਵੀ ਪੈਨਸ਼ਨਾਂ ਨੇ, ਬੁਢਾਪਾ ਪੈਨਸ਼ਨਾਂ ਨੇ, ਵਿਧਵਾ ਪੈਨਸ਼ਨਾਂ ਨੇ, ਜੋ ਵੀ ਪੈਨਸ਼ਨਾਂ ਸ਼ਗਨ ਸਕੀਮਾਂ ਨੇ, ਤਾਂ ਅਸੀਂ ਉਹਨਾਂ ਦੇ ਲਈ ਕਿਸੇ ਨੂੰ ਦਫ਼ਤਰਾਂ 'ਚ ਧੱਕੇ ਨਹੀਂ ਖਾਣ ਦੇਣੇ, ਆਪਣੇ ਦਫ਼ਤਰ 'ਚ ਬੈਠ ਕੇ ਫਾਰਮ ਭਰ ਕੇ ਉਹਨਾਂ ਸਾਰੀਆਂ ਪੈਨਸ਼ਨਾਂ ਵਗੈਰਾ ਲਿਆ ਕੇ ਦੇਵਾਂ। ਬਾਕੀ ਇਹਦੇ ਵਿੱਚ ਡਿਟੇਲ 'ਚ ਲਿਖਿਆ ਹੋਇਆ ਮੈਨੀਫੈਸਟੋ। ਤੁਸੀਂ ਆਪਣੇ ਮੈਨੀਫੈਸਟੋ ਦੇ ਵਿੱਚ 3 ਪੁਆਇੰਟ ਸਿੱਖਿਆ ਲਈ ਰੱਖੇ ਨੇ, ਬਹੁਤ ਵਧੀਆ ਗੱਲ ਹੈ, ਬਿਲਕੁਲ ਹੋਣਾ ਚਾਹੀਦਾ, ਕਿਉਂਕਿ ਬੱਚੇ ਅਗਰ ਸਿੱਖਿਅਤ ਹੋਣਗੇ ਤਾਂ ਹੀ ਸਾਡਾ ਸਮਾਜ ਅੱਗੇ ਵਧੂਗਾ। ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਵੀ 14 ਸਾਲ ਤੱਕ ਦੇ ਬੱਚਿਆਂ ਨੂੰ 100% ਸਿੱਖਿਆ ਦਿੱਤੀ ਜਾਊਗੀ, ਹਾਂਜੀ, ਉਹਦੇ ਲਈ ਮਤਲਬ ਪ੍ਰੈਕਟੀਕਲ ਕਿੱਦਾਂ ਸੰਭਵ ਹੋ ਸਕਦਾ, ਕੀ ਕੀਤਾ ਜਾਊਗਾ? ਅਸੀਂ ਅਗਰ ਮੈਂ ਜਿੱਤਦਾ ਤਾਂ ਇਸ ਤੋਂ ਬਾਅਦ ਅਸੀਂ ਇੱਕ ਫਾਰਮ ਬਣਾਵਾਂਗੇ, ਫਾਰਮ ਬਣਾ ਕੇ ਅਸੀਂ ਪੂਰੇ ਵਾਰਡ ਦਾ ਸਰਵੇ ਕਰਾਂਗੇ ਕਿ ਇਹਦੇ ਵਿੱਚ ਕਿੰਨੇ ਬੱਚੇ ਨੇ, ਕਿੰਨੇ ਪੜ੍ਹਦੇ ਨੇ, ਕਿੰਨੇ ਨਹੀਂ ਪੜ੍ਹਦੇ, ਜਾਂ ਕਿੰਨੇ ਐਸੇ ਬੱਚੇ ਨੇ ਜਿਹੜੇ ਬੱਚੇ ਗਰੀਬੀ ਕਾਰਨ ਜਾਂ ਕਿਸੇ ਹੋਰ ਕਾਰਨ ਨਹੀਂ ਪੜ੍ਹ ਸਕਦੇ, ਉਹਨਾਂ ਨੂੰ ਅਸੀਂ ਪੂਰੀ ਐਜੂਕੇਸ਼ਨ ਦੇਵਾਂਗੇ, ਆਪਣੇ ਕੋਲੋਂ ਪੈਸਾ ਲਾਵਾਂਗੇ, ਬੁੱਕਸ ਦੇਵਾਂਗੇ, ਸਾਰਾ ਕੁਝ ਦੇਵਾਂਗੇ। ਜਿਹੜੇ ਉਸ ਇਹ ਨਹੀਂ ਹੈ ਵੀ 14 ਸਾਲ ਤੱਕ, ਯਾਨੀ 14 ਸਾਲ ਤੱਕ ਗੌਰਮੈਂਟ ਦਾ ਇਹ ਰੂਲ ਹੈ ਕਿ 14 ਸਾਲ ਤੱਕ ਤਾਂ ਹਰ ਬੱਚੇ ਨੂੰ ਪੜ੍ਹਾਉਣਾ ਹੀ ਪੜ੍ਹਾਉਣਾ। 33 ਨੰਬਰ ਵਾਰਡ ਨੂੰ ਅਸੀਂ ਸ਼ਹਿਰ ਦਾ ਪਹਿਲਾ ਵਾਰਡ ਐਸਾ ਬਣਾਉਣਾ ਜਿੱਥੇ 2 ਜਾਂ 3 ਸਾਲਾਂ ਦੇ ਵਿੱਚ ਇੱਕ ਵੀ ਬੱਚਾ ਐਸਾ ਨਹੀਂ ਹੋਣਾ ਜਿਹੜਾ ਨਹੀਂ ਪੜ੍ਹਿਆ ਹੋਊਗਾ। ਸਟੂਡੈਂਟ ਤਾਂ ਚਾਹੇ ਉਹ MA ਕਰਦਾ ਹੋਵੇ, ਚਾਹੇ ਜਿੰਨਾ ਮਰਜ਼ੀ ਪੜ੍ਹਨਾ, ਚਾਹੇ ਜਿਹਦੇ ਕੋਲ ਖਰਚਾ ਨਹੀਂ ਹੈ, ਤਾਂ ਅਸੀਂ ਉਹਨੂੰ ਸਾਰਾ ਖਰਚਾ ਦੇਵਾਂਗੇ। 14 ਸਾਲ ਤੱਕ ਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਵੇਂ ਗੌਰਮੈਂਟ ਕਹਿੰਦੀ ਹੈ ਕਿ 14 ਸਾਲ ਤੋਂ ਨਿਚਲਾ ਕੋਈ ਵੀ ਬੱਚਾ ਅਨਪੜ੍ਹ ਨਹੀਂ ਹੋਣਾ ਚਾਹੀਦਾ, ਉਹਨੂੰ ਸਕੂਲ ਜਾਣਾ ਜ਼ਰੂਰੀ ਹੈ, ਤਾਂ ਅਸੀਂ 2 ਜਾਂ 3 ਸਾਲਾਂ ਦੇ ਵਿੱਚ ਜਿਹੜਾ ਮੇਰਾ ਟੀਚਾ, ਤਾਂ ਹਰ ਬੱਚਾ ਇਹ ਹੋਊਗਾ ਕਿ ਅਸੀਂ 100% ਵਾਰਡ ਨੰਬਰ 33 ਪੜ੍ਹਿਆ ਲਿਖਿਆ ਹੋਊਗਾ ਇਨਸ਼ਾਅੱਲਾ। ਕੀ ਤੁਸੀਂ ਮੈਨੀਫੈਸਟੋ ਦੇ ਵਿੱਚ ਤਾਂ ਨਹੀਂ ਕੁਝ ਲਿਖਿਆ, ਵੈਸੇ ਬਹੁਤ ਸਾਰੇ ਕੰਮ ਹੋਰ ਵੀ ਹੁੰਦੇ ਨੇ, ਜਿਵੇਂ ਖਾਸ ਤੌਰ 'ਤੇ ਇਸ ਤੋਂ ਬਾਅਦ ਇੱਕ ਮੁੱਢਲਾ ਪੁਆਇੰਟ ਸਿਹਤ ਦਾ ਵੀ ਹੈ ਜੀ, ਸਿਹਤ ਲਈ ਵੀ ਕੁਛ ਹੈ ਮਨ ਦੇ ਵਿੱਚ? ਸਰ 3-4 ਪੁਆਇੰਟ ਐਸੇ ਨੇ ਜਿਹੜੇ ਮੈਨੇ ਨਹੀਂ ਲਿਖੇ, ਉਹ ਐਸੇ ਪੁਆਇੰਟ ਨੇ ਅਗਰ ਮੈਂ ਲਿਖਦਾ ਤਾਂ ਸ਼ਾਇਦ ਪਬਲਿਕ ਨੂੰ ਇਹ ਲੱਗਦਾ ਕਿ ਐਡੇ ਪੁਆਇੰਟ ਨਹੀਂ ਹੋਣੇ, ਜਿਵੇਂ ਕਿ ਇੱਕ ਡਿਸਪੈਂਸਰੀ ਖੋਲ੍ਹਣ ਦਾ ਹੈ ਸਾਡਾ, ਹਾਲਾਂਕਿ ਪੂਰਾ ਪਲਾਨ ਹੈ, ਪੈਸਾ ਵੀ ਹੈ ਕਿ ਅਸੀਂ ਇਸ ਵਾਰਡ ਦੇ ਲਈ ਇੱਕ ਡਿਸਪੈਂਸਰੀ ਖੋਲ੍ਹਾਂਗੇ 10 ਜਾਂ 15-20 ਰੁਪਏ ਦੀ ਪਰਚੀ ਦੇ ਉੱਪਰ, ਜਿਵੇਂ ਕਿ ਸਾਨੂੰ ਧੱਕੇ ਖਾਣੇ ਪੈਂਦੇ 200-300 ਰੁਪਏ ਦੀ ਪਰਚੀ, ਫਿਰ ਟੈਸਟ, ਦਵਾਈਆਂ, ਪੂਰਾ ਪਲਾਨ ਹੈ। ਲੇਕਿਨ ਜੇ ਮੈਂ ਲਿਖਦਾ ਲੋਕਾਂ ਨੇ ਕਹਿਣਾ ਤਾਂ ਯਾਰ ਇਹ ਖੋਲ੍ਹਣਾ ਨਹੀਂ, ਉਹ ਮੈਂ ਜਿੱਤਣ ਤੋਂ ਬਾਅਦ ਐਕਸਟਰਾ ਕਰ ਸਕਦਾ, ਜਾਂ ਇੱਕ ਪਾਰਕ ਬਣਾਉਣ ਦਾ ਜਗ੍ਹਾ ਸਾਡੇ ਕੋਲ ਪਈ ਹੈ, ਉਹਦੇ 'ਤੇ 1-2 ਲੱਖ-4 ਲੱਖ ਰੁਪਏ ਲਾ ਕੇ ਇਸ ਵਾਰਡ ਲਈ ਪਾਰਕ ਵੀ ਬਣਾਉਣਾ, 2-4 ਕੰਮ ਹੋਰ। ਲੇਕਿਨ ਉਹ ਮੈਨੇ ਮੈਨੀਫੈਸਟੋ ਨਹੀਂ ਲਿਖੇ, ਕਿਉਂਕਿ ਕਿਤੇ ਪਬਲਿਕ ਨੂੰ ਇਹ ਨਾ ਲੱਗਿਆ ਐਡੇ ਐਡੇ ਕੰਮ ਇਹਨਾਂ ਨੇ ਥੋੜ੍ਹੀ ਕਰਨਾ। ਜੋ ਪੁਆਇੰਟ ਮੈਨੇ ਉਹ ਲਿਖੇ ਨੇ ਕਿ ਅਗਰ ਸਰਕਾਰ ਵੀ ਨਾ ਹੋਵੇ, ਇਕੱਲਾ ਬੰਦਾ ਵੀ ਕਰ ਸਕਦਾ ਹੋਵੇ, ਉਹ ਜਿਹੜੇ 5 ਪੁਆਇੰਟ ਨੇ ਉਹ ਅਸੀਂ ਆਪਣੇ ਕੋਲੋਂ ਕਰ ਸਕਦੇ ਹਾਂ। ਅਗਰ ਇੱਕ MC ਨੂੰ ਜਿੰਨੀ ਤਨਖਾਹ ਮਿਲਦੀ ਹੈ 6 ਮਹੀਨਿਆਂ ਦੇ ਵਿੱਚ 51,000, ਤਾਂ ਉਹੀ ਬਣ ਗਈ 85,000 ਨੂੰ ਕੀ ਲੱਗਦਾ ਹੈ ਜਿਹੜਾ ਪਿਛਲੀ ਵਾਰੀ ਦਾ MC ਹੈ ਤਨਵੀਰ ਅਹਿਮਦ, ਤੁਹਾਡੇ ਮੁਕਾਬਲੇ ਦੇ ਵਿੱਚ ਇਸ ਵਾਰੀ ਕੈਂਡੀਡੇਟ ਹੈ ਕਾਂਗਰਸ ਪਾਰਟੀ ਵੱਲੋਂ, ਉਹਨਾਂ ਨੇ ਵੀ ਇਸੇ ਤਰ੍ਹਾਂ ਦੇ ਵਾਅਦੇ ਵੁਅਦੇ ਕੀਤੇ ਸੀਗੇ, ਅਤੇ ਉਹਨਾਂ ਉਹ ਇਹ ਵੀ ਕਹਿ ਰਹੇ ਨੇ ਕਿ ਮੈਨੇ 5 ਸਾਲਾਂ ਦੇ ਵਿੱਚ ਵਿਕਾਸ ਦੇ ਬਹੁਤ ਜ਼ਿਆਦਾ ਕੰਮ ਕਰਾਏ ਨੇ, ਇੱਥੋਂ ਤੱਕ ਕਹਿ ਰਹੇ ਨੇ ਕਿ ਮੇਰੇ ਵਾਰਡ ਦੇ ਵਿੱਚ ਪੈਨਸ਼ਨਾਂ, ਨੀਲੇ ਕਾਰਡ, ਅਤੇ ਖਾਸ ਤੌਰ 'ਤੇ ਜਿਹੜੇ ਗਰੀਬ ਲੋਕਾਂ ਨੂੰ ਉਹ ਪੁਰਾਣੇ ਮਕਾਨਾਂ ਨੂੰ ਪੈਸੇ ਦਿੰਦੀ ਹੈ ਸਰਕਾਰ, ਉਹ ਸਭ ਤੋਂ ਜ਼ਿਆਦਾ ਮਤਲਬ ਮਿਹਨੇ ਲਗਵਾਏ ਨੇ।
ਸਰ ਤੁਸੀਂ ਉਹਦੇ ਬਾਰੇ ਕੀ ਕਹੋਗੇ? ਵੈਸੇ ਤਾਂ ਤੁਸੀਂ ਵਾਰਡ 'ਚ ਜਾ ਕੇ ਪੁੱਛ ਲਓ ਤਾਂ ਵਧੀਆ ਗੱਲ ਹੈ, ਕਿਉਂਕਿ ਮੈਂ ਉਸ ਕੈਂਡੀਡੇਟ ਦੇ ਬਾਰੇ ਗੱਲ ਹੀ ਨਹੀਂ ਕਰਨਾ ਜਿਹਦੇ ਨਾਲ ਮੇਰੀ ਫਾਈਟ ਹੈ, ਜਿਹਨੂੰ ਸਾਰਾ ਵਾਰਡ ਇਹ ਬਾਤ ਕਹਿੰਦਾ ਕਿ ਜਿਹਦੇ ਨਾਲ ਫਾਈਟ ਹੈ, ਕਿਉਂਕਿ ਜਿਹੜਾ ਬੰਦਾ ਮੁਕਾਬਲੇ 'ਚ ਹੀ ਨਹੀਂ ਹੈ, ਮੈਂ ਉਹਦੇ ਬਾਰੇ ਸਾਬਕਾ ਐਮਸੀ ਹੈ ਨਾ ਰਿਹਾ ਹੋਇਆ, ਸਾਬਕਾ ਐਮਸੀ ਹੈ, ਲੇਕਿਨ ਵਾਰਡ ਦੇ ਵਿੱਚ ਜਾ ਕੇ ਪਤਾ ਲੱਗਦਾ ਨਾ, ਲੋਕ ਦੱਸਦੇ ਆ ਕਿਸੇ ਨੂੰ ਤਾਂ ਮੈਂ ਕਹਿ ਦੇਣਾ ਵੀ ਮੈਨੇ ਭਾਈ ਸਾਰੇ ਲੋਕਾਂ ਦੇ ਕਾਰਡ ਬਣਾ ਤੇ ਸਾਰੇ ਲੋਕਾਂ ਦੀਆਂ ਪੈਨਸ਼ਨਾਂ ਲਵਾ ਦੀਆਂ, ਉਹ ਲੋਕ ਦੱਸਦੇ ਨੇ ਕਿ ਅਸੀਂ ਤਾਂ ਲੋਕਡਾਊਨ 'ਚ ਧੱਕੇ ਖਾ ਖਾ ਕੇ ਆਏ ਹਾਂ, ਤੁਸੀਂ ਤਾਂ ਕਾਰਡਾਂ ਦੀ ਗੱਲ ਕਰਦੇ ਹੋ, ਰਾਸ਼ਨ ਕਾਰਡ ਦੀ ਗੱਲ ਕਰਦੇ ਹੋ, ਲੋਕਡਾਊਨ 'ਚ ਲੋਕਾਂ ਨੂੰ ਕਿੱਟਾਂ ਨਹੀਂ ਮਿਲੀਆਂ, ਇਹ ਲੋਕ ਦੱਸਦੇ ਆ ਵਾਰਡ ਦੇ ਵਿੱਚ, ਬਿਲਕੁਲ ਜਿਹੜੇ ਲੋਕ ਕਹਿੰਦੇ ਕਿ ਸਾਨੂੰ ਲੋਕਡਾਊਨ 'ਚ ਤੋਂ ਲੋਕਾਂ ਨੇ ਆਪਣਾ ਜ਼ਮੀਨ ਵੇਚ ਕੇ, ਆਪਣੇ ਗਹਿਣੇ ਵੇਚ ਕੇ, ਆਪਣੇ ਲੋਕਾਂ ਨੇ ਪ੍ਰੋਪਰਟੀਆਂ ਬੈਂਕਾਂ 'ਚੋਂ ਪੈਸੇ ਚੱਕ ਚੱਕ ਕੇ ਲੋਕਾਂ ਨੂੰ ਖਿਲਾਏ ਆ, ਉਸ ਵਕਤ ਲੋਕ ਦੱਸਦੇ ਕਿ ਅਸੀਂ ਮੁੜ ਮੁੜ ਕੇ ਆਏ ਹਾਂ ਉੱਥੋਂ, ਇਹ ਲੋਕ ਦੱਸਦੇ ਆ ਵਾਰਡ ਦੇ ਵਿੱਚ ਕਿ ਸਾਨੂੰ ਤਾਂ ਕਿੱਟਾਂ ਨਹੀਂ ਮਿਲੀਆਂ, ਅਤੇ ਜੇ ਲਵਾਏ ਹੁੰਦੇ ਜਾਂ ਦਿੱਤੀਆਂ ਹੁੰਦੀਆਂ ਲੋਕਾਂ ਨੂੰ, ਫਿਰ ਲੋਕਾਂ ਨੂੰ ਕਹਿੰਦੇ? ਵੈਸੇ ਮੈਂ ਇਸ ਟੋਪਿਕ 'ਤੇ ਇਹਨਾਂ ਦੇ ਬਾਰੇ ਤਾਂ ਗੱਲ ਹੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜਿਹਦੇ ਨਾਲ ਮੇਰੀ ਫਾਈਟ ਹੈ ਉਸ ਕੈਂਡੀਡੇਟ ਬਾਰੇ ਮੈਂ ਗੱਲ ਕਰਾਂ। ਜਿਹਨਾਂ ਨਾਲ ਤੁਹਾਡੀ ਫਾਈਟ ਤੁਸੀਂ ਸਮਝਦੇ ਹੋ, ਸਾਕਿਬ ਅਲੀ ਰਾਜਾ ਅਕਾਲੀ ਦਲ ਤੋਂ ਖੜਾ ਜੀ, ਤੇ ਉਹ ਆਪਣਾ ਵਾਰਡ ਛੱਡ ਕੇ ਇਸ ਵਾਰਡ ਦੇ ਵਿੱਚ ਆਇਆ ਜੀ, ਤੁਹਾਨੂੰ ਕੀ ਲੱਗਦਾ ਵੀ ਉਹ ਜੋ ਮਤਲਬ ਹੱਥ ਕੰਡੇ ਲਗਾਤਾਰ ਕਈ ਵਾਰ ਬਾਅਦ ਤੋਂ ਅਪਣਾ ਰਿਹਾ ਜੀ, ਵੀ ਤੁਸੀਂ ਕਿਸ ਤਰ੍ਹਾਂ ਮਤਲਬ ਉਹਨੂੰ ਫੇਸ ਕਰੋਗੇ? ਸਰ ਮੈਨੂੰ ਜਿੱਥੇ ਤੱਕ ਲੱਗਦਾ ਉਹਦੀ ਹਾਰ ਦਾ ਪਹਿਲਾ ਸਟੈਪ ਹੀ ਹੋਈ ਸੀ ਜਿਸ ਦਿਨ ਉਹਨੇ ਪਹਿਲੀ ਵਾਰ ਇਹ ਕਿਹਾ ਸੀ ਕਿ ਮੈਂ 450 ਵੋਟ ਲੈ ਕੇ ਚੱਲਦਾ, ਤਾਂ ਉਹਦਾ ਇਸ਼ਾਰਾ ਕੀ ਥਾ ਕਿ ਮੈਂ 450 ਵੋਟ ਲੈ ਕੇ ਚੱਲਦਾ, ਯਾਨੀ ਕਿ ਉਹ ਫਿਰਕਾ ਪ੍ਰਸਤੀ ਉਹਨੇ ਪਹਿਲੇ ਦਿਨ ਹੀ ਫੈਲਾ ਦਿੱਤੀ, ਔਰ ਉਸ ਟੋਪਿਕ ਦੇ ਉੱਪਰ ਪਬਲਿਕ ਉਹਦੇ ਇੰਨਾ ਪਿੱਛੇ ਪੈ ਗਈ ਕਿ ਅਗਰ ਤੂੰ 450 ਵੋਟ ਲੈ ਕੇ ਚੱਲਦਾ ਫਿਰ ਅਸੀਂ 2000 ਲੋਕ ਤੈਨੂੰ ਕਿਉਂ ਵੋਟ ਪਾਈਏ ਬਈ, ਉਹਦਾ ਪਹਿਲਾ ਪੁਆਇੰਟ ਹੀ ਵੀ ਕਿ ਇੱਥੇ ਹੀ ਮਰ ਗਿਆ, ਹੁਣ ਆਪਣੇ ਆਪ ਹੀ ਫਸਦਾ ਵੀ ਯਾਰ ਮੈਨੇ ਕਿਹਾ ਨਹੀਂ, ਮੈਨੇ ਹੋਰ ਢੰਗ ਨਾਲ ਕਿਹਾ ਤਾ, ਅਤੇ ਮੈਨੂੰ ਲੱਗਦਾ ਵੀ ਉਹਦੀ ਇਹ ਵੱਡੀ ਹਾਰ ਦਾ ਵੱਡਾ ਕਾਰਨ ਇਹੀ ਬਣ ਸਕਦਾ। ਅੱਛਾ, ਤਾਂ ਹੋਰ ਤੁਹਾਡੇ ਆਪਣੇ ਮਨ ਦੇ ਵਿੱਚ ਕੀ ਹੈ, ਮਤਲਬ ਤੁਹਾਡੀ ਟੀਮ ਹੈ ਜਿਹੜੀ, ਹੋਰ ਕੀ ਵਾਰਡ ਦੇ ਲਈ ਸੁਧਾਰ ਕਰਨ ਦੇ ਬਾਰੇ ਤੁਸੀਂ ਸੋਚਦੇ ਹੋ? ਮੇਰਾ ਮੇਨ ਮੋਟਿਵ ਮੈਂ ਪਹਿਲਾਂ ਕਿਹਾ ਕਿ ਲੋਕਾਂ ਨੂੰ ਪੜ੍ਹਾਉਣਾ, ਸਿੱਖਿਆ, ਜਦੋਂ ਲੋਕ ਸਿੱਖਿਅਤ ਹੋਣਗੇ ਤਾਂ ਬਹੁਤ, ਇੱਕ ਪੁਆਇੰਟ ਹੋਰ ਵੀ ਹੈ, ਜਿੰਨੇ ਵੀ ਵਾਰਡ ਦੇ ਬੇਰੁਜ਼ਗਾਰ ਲੋਕ ਹੋਣਗੇ, ਸਰਕਾਰੀ ਲੋਨ ਆਉਂਦੇ ਆ, ਜਦੋਂ ਕੋਈ ਬੰਦਾ ਬੇਰੁਜ਼ਗਾਰ ਫਿਰਦਾ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ ਜਾਂ ਕਾਰੋਬਾਰ ਕਰਨ ਨੂੰ ਪੈਸੇ ਨਹੀਂ ਹੁੰਦੇ, ਤਾਂ ਸਰਕਾਰੀ ਸਬਸਿਡੀ ਵਾਲਾ ਲੋਨ ਮਿਲ ਗਿਆ, ਲੱਖ ਦੋ ਲੱਖ ਲੋਨ ਲੱਗ ਕੇ ਉਹ ਆਪਣਾ ਕਾਰੋਬਾਰ ਕਰਦਾ। ਜਿਵੇਂ ਐਮਸੀ ਅੱਜ ਜਾਂਦਾ 5 ਸਾਲ ਬਾਅਦ ਉਹਨਾਂ ਦੇ ਗਲੀ ਦੇ ਵਿੱਚ ਇੱਕ 500 ਰੁਪਏ ਦੀ ਲਾਈਟ ਲਾ ਦਿੰਦਾ ਕਿ ਜੀ ਮੈਨੂੰ ਵੋਟਾਂ ਪਾ ਦਿਓ। ਜਦੋਂ ਸਾਰੇ ਲੋਕ ਸਿੱਖਿਅਤ ਹੋਣਗੇ, ਜਦੋਂ ਸਾਰੇ ਲੋਕ ਰੁਜ਼ਗਾਰ ਪ੍ਰਾਪਤ ਹੋਣਗੇ, ਤਾਂ ਉਹਨਾਂ ਲੋੜ ਹੀ ਨਹੀਂ ਪੈਣੀ ਕਿ ਸਾਨੂੰ 500 ਰੁਪਏ ਦੀ ਲਾਈਟ ਲੈ ਕੇ ਖਰੀਦਣਾ। ਜਿਵੇਂ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਲੋਕ ਦੇਗਾਂ ਲਾ ਕੇ, ਇੱਕ ਸਿੰਪਲ ਗੱਲ ਅੱਜ ਹੀ ਮੈਨੂੰ ਇੱਕ ਬੰਦੇ ਨੇ ਕਹੀ, ਕਹਿੰਦਾ ਦੇਗਾਂ ਲਾ ਰਹੇ, ਰੋਟੀ ਖਿਲਾ ਰਹੇ ਨੇ, ਇਹਨਾਂ ਦੀ ਇਹ ਸੋਚ ਹੈ ਵੀ ਤੁਹਾਨੂੰ ਰੋਟੀ ਖਿਲਾਵਾਂਗੇ ਵੋਟ ਲੈ ਲਾਂਗੇ, ਕਹਿੰਦਾ ਵਿਆਹ 'ਚ ਵੀ ਅਸੀਂ ਕਈ ਵਾਰੀ ਰੋਟੀ ਖਾਈ ਨਾ, ਦੂਜੇ ਦਿਨ ਅਸੀਂ ਕਿੱਥੇ ਰੋਟੀ ਖਾਂਦੇ ਹਾਂ? ਇਹ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਲੋਕਾਂ ਨੇ ਸਾਨੂੰ ਸਮਝਿਆ ਕੀ ਹੋਇਆ ਵੀ ਰੋਟੀ ਖਿਲਾਓ ਵੋਟ ਲੈ ਲਓ, ਟਿਊਬ ਲਾਓ ਵੋਟ ਲੈ ਲਓ, ਬੱਚਿਆਂ ਨੂੰ ਨਾ ਪੜ੍ਹਾਓ, ਬੱਚਿਆਂ ਦੇ ਰੁਜ਼ਗਾਰ ਦੀ ਗੱਲ ਨਾ ਕਰੋ, ਅਤੇ ਡਿਵੈਲਪਮੈਂਟ ਦੀ ਗੱਲ ਨਾ ਕਰੋ, ਸਾਫ਼ ਸਫਾਈ ਦੀ ਗੱਲ ਨਾ ਕਰੋ, ਲੋਕ ਧੱਕੇ ਖਾਂਦੇ ਨੇ 5 ਸਾਲ ਦਫ਼ਤਰਾਂ 'ਚ ਖਾਈ ਜਾਂਦੇ, ਕਿਸੇ ਦਾ ਕਾਰਡ ਕੱਢੋ, ਕਿੱਦਾਂ ਕੁਛ ਮਰਜ਼ੀ ਕਰੋ, ਅਤੇ ਇਹੀ ਚੀਜ਼ਾਂ ਲਈ ਮੈਂ ਲੋਕਾਂ ਨੂੰ ਸਮਝਾਉਣਾ ਕਿ ਅਗਰ ਮੈਂ ਜਿੱਤਦਾ ਤਾਂ ਤੁਹਾਨੂੰ ਨਾ ਤਾਂ ਕਿਸੇ ਕਾਰਡ ਕੱਢਣ ਦਾ ਡਰ ਹੋਊਗਾ, ਨਾ ਕਿਸੇ ਦਫ਼ਤਰ 'ਚ ਧੱਕੇ ਖਾਣ ਦੀ ਲੋੜ ਹੋਊਗੀ, ਅਤੇ ਨਾ ਹੀ ਤੁਹਾਨੂੰ ਇਹ ਸ਼ਰਮਿੰਦਾ ਹੋਣਾ ਪਊਗਾ ਕਿ ਜੀ ਸਾਡੀ ਲਾਈਟ ਲਾ ਦਿਓ, ਸਾਡੀ ਗਲੀ ਦੇ ਵਿੱਚ ਗਟਰ ਦਾ ਢੱਕਣ ਰੱਖ ਦਿਓ। ਇਹ ਚੀਜ਼ਾਂ ਸਾਰੀਆਂ ਇਨਸ਼ਾਅੱਲਾ ਬਹੁਤ ਆਸਾਨੀ ਨਾਲ ਹੋਣਗੇ, ਲੋਕਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ, ਐਮਸੀ ਦਾ ਖੁਦ ਫਿਰਦਾ ਹੋਣਾ ਚਾਹੀਦਾ। ਮਤਲਬ ਉਹਨਾਂ ਤੋਂ ਇੱਕ ਅਲੱਗ ਤਰ੍ਹਾਂ ਦਾ ਤਰੀਕਾ ਅਪਣਾਉਂਗੇ ਜਿਹੜਾ ਰੋਟੀ ਸਿਸਟਮ ਆ ਉਸਨੂੰ ਖਤਮ ਕਰੋ। ਸਰ ਇਹਦੇ ਵਿੱਚ ਹੈ ਕਿ ਮੈਂ ਕਹਿੰਦਾ ਅੱਜ ਮੈਨੇ ਰੋਟੀ ਖਾ ਲਈ, ਉਸ ਬੰਦੇ ਦੀ ਸੋਚ ਦੇਖੋ ਵੀ ਉਹ ਦੇਗਾਂ ਲਾ ਕੇ ਕਿਉਂ ਖਿਲਾ ਰਿਹਾ, ਵੀ ਮੈਂ ਦੇਗਾਂ ਲਾ ਦਿਆਂ ਤੁਸੀਂ ਮੈਨੂੰ ਵੋਟ ਪਾਓ, ਕਿਉਂਕਿ ਮੈਨੇ ਤੁਹਾਨੂੰ ਰੋਟੀ ਖਿਲਾ ਦਿੱਤੀ, ਕੱਲ੍ਹ ਨੂੰ ਕਿੱਥੋਂ ਖਾਓਗੇ ਜਾਂ 14 ਤਰੀਕ ਤੋਂ ਬਾਅਦ ਕਿੱਥੋਂ ਖਾਓਗੇ, ਇਹ ਕੋਈ ਮਤਲਬ ਨਹੀਂ, ਉਹਨਾਂ ਦੀ ਸੋਚ ਤਾਂ ਇਹੀ ਹੈ ਨਾ ਬਦਲਣ ਦੀ ਲੋੜ। ਸਰ ਜੇ ਖਿਲਾਉਣੀ ਹੁੰਦੀ ਲੋਕਡਾਊਨ 'ਚ ਲੈ ਕੇ ਖਿਲਾਉਂਦੇ, ਜਾਂ ਖਿਲਾਉਣੀ ਹੁੰਦੀ ਤਾਂ ਗਰੀਬਾਂ ਨੂੰ ਆਮ ਦੇ ਦਿਓ, ਅੱਜ ਇਲੈਕਸ਼ਨ ਦੇ ਦੌਰ ਦੇ ਵਿੱਚ ਹੀ ਦੇਗਾਂ ਕਿਉਂ ਲਾਉਂਦੇ ਨੇ? ਉਹਨਾਂ ਦੀ ਇੱਕ ਸੋਚ ਹੈ ਵੀ ਅਸੀਂ ਤੁਹਾਨੂੰ ਰੋਟੀ ਖਿਲਾਤੀ, ਹੁਣ ਤੁਹਾਡੇ 5 ਸਾਲ ਦੇ ਬੱਚਿਆਂ ਦਾ ਭਵਿੱਖ ਸਾਨੂੰ ਇੱਕ ਰੋਟੀ 'ਤੇ ਖਰੀਦ ਲਿਆ, ਭਾਈ ਵੋਟ ਦੇ ਹੱਕਦਾਰ ਹੋ ਗਏ ਹੁਣ ਅਸੀਂ, ਤੁਹਾਡਾ ਬੱਚਿਆਂ ਦਾ ਭਵਿੱਖ, ਤੁਹਾਡੇ ਬੱਚਿਆਂ ਦੀ ਪੜ੍ਹਾਈ, ਤੁਹਾਡੀਆਂ ਪੈਨਸ਼ਨਾਂ, ਤੁਹਾਡਾ ਰਾਸ਼ਨ ਕਾਰਡ ਸਾਰਾ ਕੁਝ। ਔਰ ਮੈਨੂੰ ਅੱਜ ਬਹੁਤ ਸਾਰੇ ਲੋਕਾਂ ਨੇ ਕਿਹਾ, ਕਹਿੰਦੇ ਹੁਣ ਤੈਨੂੰ ਵੋਟ ਹੀ ਨਹੀਂ ਪਾਉਣੀ, ਜਿਹਨੇ ਲੋਕਾਂ ਨੇ ਸਾਨੂੰ ਇਹ ਸਿਰਫ ਰੋਟੀ ਖਿਲਾ ਕੇ ਵੋਟ ਪਾਉਣੀ, ਕਹਿੰਦੇ ਹੁਣ ਤਾਂ ਜੇ ਪਾਉਣੀ ਵੀ ਤੀ ਤਾਂ ਵੀ ਨਹੀਂ ਪਾਉਣੀ।